ਮੈਂ ਹਰਦੀਪ ਕੌਰ ਯੂਫੋ ਨਿਊਜ਼ ਤੋਂ ਪੇਸ਼ ਕਰਦੀ ਹਾਂ ਪੰਜਾਬੀ ਖਬਰਾਂ। ਰੁਕਤੀ ਸੁਜ਼ੂਕੀ ਭਾਰਤ ਦੀ ਨੰਬਰ ਇੱਕ ਕੰਪਨੀ ਹੈ ਜੋ ਕਿ ਭਾਰਤੀ ਲੋਕਾਂ ਦੀਆਂ ਲੋੜਾਂ ਅਤੇ ਬਜਟ ਅਨੁਸਾਰ ਕਾਰਾਂ ਬਣਾਉਂਦੀ ਹੈ। ਇਸੇ ਕਰਕੇ ਕੰਪਨੀ ਨੇ ਪੂਰੇ ਭਾਰਤ ਵਿੱਚ ਕਾਰਾਂ ਵੇਚਣ ਦਾ ਆਪਣਾ 50% ਸ਼ੇਅਰ ਕਾਇਮ ਕਰ ਰੱਖਿਆ ਹੈ। ਕੰਪਨੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੰਪਨੀ ਦੇ ਡੀਲਰ ਹੁਸ਼ਿਆਰਪੁਰ ਆਟੋਮੋਬਾਈਲ, ਜੋ ਕਿ ਕੰਪਨੀ ਦੇ ਨਾਰਮਸ ਅਨੁਸਾਰ ਆਪਣੇ ਇਲਾਕੇ ਵਿੱਚ ਵਧੀਆ ਸਰਵਿਸ ਦੇ ਰਹੇ ਹਨ, ਉਹਨਾਂ ਨੂੰ ਕੰਪਨੀ ਵੱਲੋਂ ਇਸ ਵਾਰ ਵੀ 10ਵੀਂ ਵਾਰ ਰੋਇਲ ਪਲੈਟੀਨਮ ਦੇ ਅਵਾਰਡ ਨਾਲ ਸਨਮਾਨਿਆ ਗਿਆ। ਇਹ ਅਵਾਰਡ ਕੰਪਨੀ ਵੱਲੋਂ ਆਲ ਇੰਡੀਆ ਡੀਲਰ ਕਾਨਫਰੰਸ ਵਿੱਚ ਆਬੂਧਾਬੀ ਵਿਖੇ ਹੋਏ ਸੰਮੇਲਨ ਦੌਰਾਨ ਹੁਸ਼ਿਆਰਪੁਰ ਆਟੋਮੋਬਾਈਲ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਰਜਿੰਦਰ ਸਿੰਘ ਅਤੇ ਚੀਫ ਐਗਜ਼ੀਕਿਊਟਿਵ ਅਫਸਰ ਸਰਦਾਰ ਗੁਰਪ੍ਰੀਤ ਸਿੰਘ ਨੂੰ ਦੇ ਕੇ ਨਿਵਾਜ਼ਿਆ ਗਿਆ। ਆਬੂਧਾਬੀ ਵਿੱਚ ਇਹਨਾਂ ਅਵਾਰਡਾਂ ਨੂੰ ਪ੍ਰਾਪਤ ਕਰਨ ਦੇ ਉਪਰੰਤ ਹੁਸ਼ਿਆਰਪੁਰ ਦੇ ਇੱਕ ਹੋਟਲ ਵਿੱਚ ਹੋਏ ਪੱਤਰਕਾਰ ਸੰਮੇਲਨ ਦੇ ਮੌਕੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਰਜਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਹ ਇਹ ਅਵਾਰਡ ਲੈ ਕੇ ਹੁਸ਼ਿਆਰਪੁਰ ਸ਼ਹਿਰ ਦਾ ਨਾਮ ਚਮਕਾ ਸਕੇ ਹਨ। ਇਸ ਲਈ ਉਹਨਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਪ੍ਰੈਸ ਕਾਨਫਰੰਸ ਦੇ ਆਯੋਜਨ ਕੀਤਾ ਗਿਆ ਕਿਉਂਕਿ ਹੁਸ਼ਿਆਰਪੁਰ ਆਟੋਮੋਬਾਈਲ 10ਵੀਂ ਵਾਰ ਰੋਇਲ ਪਲੈਟੀਨਮ ਬਣ ਕੇ ਮਰੂਤੀ ਦਾ ਇੱਕ ਵਧੀਆ ਡੀਲਰ ਘੋਸ਼ਿਤ ਕੀਤਾ ਗਿਆ, ਜਿਹਦੇ ਵਿੱਚ ਅਰੀਨਾ ਚੈਨਲ ਦੇ ਵਿੱਚ 10ਵੀਂ ਵਾਰ ਰੋਇਲ ਪਲੈਟੀਨਮ ਔਰ ਅਲਫਾ ਚੈਨਲ ਦੇ ਵਿੱਚ 2ਵੀਂ ਵਾਰ ਅਲਫਾ ਬ੍ਰੈਂਡ ਦੇ ਨਾਲ ਇਸ ਕੰਪਨੀ ਨੂੰ ਸਨਮਾਨਿਤ ਕੀਤਾ ਗਿਆ। ਆਬੂਧਾਬੀ ਦੇ ਵਿੱਚ ਪਿਛਲੇ ਦਿਨੀ ਹੋਈ ਆਲ ਇੰਡੀਆ ਡੀਲਰ ਕਾਨਫਰੰਸ ਦੇ ਵਿੱਚ ਇਹ ਅਵਾਰਡ ਮਿਲੇ ਆ। ਇਹਦੇ ਨਾਲ ਨਾਲ ਇੱਕ ਕਸਟਮਰ ਸੈਟਿਸਫੈਕਸ਼ਨ ਦਾ ਪੇਡ ਸਰਵਿਸ ਇੰਟੈਂਸ਼ਨ ਦੇ ਵਿੱਚ ਇਹ ਅਵਾਰਡ ਇਹਨਾਂ ਨੂੰ ਮਿਲਿਆ। ਹੁਸ਼ਿਆਰਪੁਰ ਆਟੋਮੋਬਾਈਲਸ ਨੂੰ ਫਾਈਨੈਂਸ਼ੀਅਲ ਈਅਰ 2017-18 ਦੇ ਵਿੱਚ ਆਬੂਧਾਬੀ ਦੇ ਵਿੱਚ ਜੋ ਆਲ ਇੰਡੀਆ ਡੀਲਰ ਕਾਨਫਰੰਸ ਹੋਈ ਸੀ ਉੱਥੇ ਰੋਇਲ ਪਲੈਟੀਨਮ ਡੀਲਰਸ਼ਿਪ ਦਾ ਅਵਾਰਡ ਮਿਲਿਆ ਐਗਜ਼ਿਸਟਿੰਗ ਚੈਨਲ ਦੇ ਵਿੱਚ। ਅਰੀਨਾ ਚੈਨਲ ਜੋ ਸਾਡਾ ਨਵਾਂ ਇੱਕ ਡੀਲਰਸ਼ਿਪ ਚੈਨਲ ਤਿਆਰ ਕੀਤਾ ਹੈ, ਉਹਦੇ ਨਾਲ ਨਾਲ ਇੱਕ ਨੈਕਸਾ ਚੈਨਲ ਜੋ ਪਿਛਲੇ 2 ਸਾਲ ਪਹਿਲਾਂ ਮਾਰੂਤੀ ਨੇ ਲਾਂਚ ਕੀਤਾ ਸੀ, ਉਹਦੇ ਵਿੱਚ ਹੁਸ਼ਿਆਰਪੁਰ ਆਟੋਮੋਬਾਈਲ ਨੂੰ ਅਲਫਾ ਬੈਂਡ ਦਾ ਅਵਾਰਡ ਜਿਹੜਾ ਹੈ ਪ੍ਰਾਪਤ ਹੋਇਆ। ਸੋ ਬੇਸਿਕਲੀ ਇਸ ਬੈਂਡ ਦੇ ਪਿੱਛੇ ਜੋ ਜਾਂ ਇਸ ਅਵਾਰਡ ਦੇ ਪਿੱਛੇ ਕ੍ਰਾਈਟੀਰੀਆ ਜੋ ਮਾਰੂਤੀ ਦਾ ਹੁੰਦਾ ਹੈ ਉਹ ਡੀਲਰ ਦੀ ਓਵਰਆਲ ਪਰਫੋਰਮੈਂਸ ਐਂਡ ਡੀਲਰ ਦੀ ਕਸਟਮਰ ਸੈਟਿਸਫੈਕਸ਼ਨ ਦੇ ਬੇਸ 'ਤੇ ਹੁੰਦਾ ਹੈ। ਨੈਕਸਾ ਦੇ ਵਿੱਚ ਸਾਨੂੰ ਅਲਫਾ ਡੀਲਰਸ਼ਿਪ ਦਾ ਅਵਾਰਡ ਜਿਹੜਾ ਆ ਉਹ ਮਿਲਿਆ ਹੈਗਾ ਆ। ਇਹਦੇ ਨਾਲ ਨਾਲ ਸਾਨੂੰ ਆਲ ਇੰਡੀਆ ਲੈਵਲ 'ਤੇ ਬੈਸਟ ਕਸਟਮਰ ਰਿਟੈਂਸ਼ਨ ਇਨ ਸਰਵਿਸ ਦਾ ਅਵਾਰਡ ਮਿਲਿਆ ਹੈ ਔਰ ਦੈਟ ਇਜ਼ ਅ ਵੈਰੀ ਬਿਗ ਥਿੰਗ ਕਿਉਂਕਿ ਮੋਰ ਦੈਨ 100% ਕਸਟਮਰ ਨੂੰ ਅਸੀਂ ਰਿਟੇਨ ਕੀਤਾ ਹੈਗਾ ਆ। ਸੋ ਜੋ ਸਾਡੇ ਕਸਟਮਰ ਸਾਡੇ ਤੋਂ ਸਰਵਿਸ ਕਰਵਾ ਰਹੇ ਸੀਗੇ ਅਸੀਂ ਉਹਨਾਂ ਨੂੰ ਤਾਂ ਰਿਟੇਨ ਕੀਤਾ ਹੀ ਹੈ 100%। ਅਲੋਂਗ ਵਿਦ ਦੈਟ ਸਰਟਨ ਪਰਸੈਂਟੇਜ ਆਫ ਕਸਟਮਰਸ ਵੀ ਹੈਵ ਰਿਟੇਨ ਫਰੋਮ ਦਾ ਅਦਰ ਡੀਲਰਸ਼ਿਪਸ, ਦੂਜੀਆਂ ਡੀਲਰਸ਼ਿਪਸ ਤੋਂ ਅਸੀਂ ਰਿਟੇਨ ਕੀਤੇ ਹੈਗੇ ਜੋ ਸਾਡੀ ਸਰਵਿਸ ਤੋਂ ਖੁਸ਼ ਹੋ ਕੇ ਸਾਡੇ ਕੋਲ ਸਰਵਿਸ ਕਰਾ ਕੇ ਗਏ ਹੈਗੇ ਨੇ ਔਰ ਇਸ ਚੱਲਦੇ ਸਾਡੀ ਰਿਟੈਂਸ਼ਨ ਆਲ ਇੰਡੀਆ ਲੈਵਲ 'ਤੇ ਮੋਰ ਦੈਨ 100% ਗਈ ਹੈਗੀ ਹੈ ਔਰ ਸਾਨੂੰ ਆਲ ਇੰਡੀਆ ਲੈਵਲ 'ਤੇ ਹਾਈਐਸਟ ਰਿਟੈਂਸ਼ਨ ਦਾ ਇਹ ਅਵਾਰਡ ਮਿਲਿਆ ਹੈਗਾ ਆ। ਮੈਂ ਰੀਜਨ ਲੈਵਲ ਦੀ ਗੱਲ ਕਰਾਂ ਪੰਜਾਬ ਚੰਡੀਗੜ੍ਹ ਐਂਡ ਜੰਮੂ ਕਸ਼ਮੀਰ ਦੇ ਵਿੱਚ ਸਾਨੂੰ ਰੀਜਨਲ ਮੈਨੇਜਰ ਦੀ ਬੈਸਟ ਟਰੋਫੀ ਅਡਜਸਟ ਕੀਤੀ ਗਈ ਹੈਗੀ ਹੈ ਜਿਹਦੇ ਵਿੱਚ ਬੈਸਟ ਆਊਟਲੈਟ ਸੇਲਸ ਮਿਲਿਆ ਹੈ, ਬੈਸਟ ਆਊਟਲੈਟ ਇਨ ਨੈਕਸਾ ਸੇਲਸ ਦਾ ਸਾਨੂੰ ਅਵਾਰਡ ਮਿਲਿਆ ਹੈ ਐਂਡ ਬੈਸਟ ਆਊਟਲੈਟ ਇਨ ਸਰਵਿਸ ਨੈਕਸਾ ਐਂਡ ਐਗਜ਼ਿਸਟਿੰਗ ਚੈਨਲ ਦੋਨਾਂ ਦਾ ਅਵਾਰਡ ਸਾਨੂੰ ਦਿੱਤਾ ਗਿਆ ਹੈ। ਉਹਦੇ ਨਾਲ ਨਾਲ
ਸਾਨੂੰ ਰੀਜਨ ਦੇ ਵਿੱਚ ਹਾਈਐਸਟ ਐਡਮਿਸ਼ਨ ਇਨ ਮਾਰੂਤੀ ਡਰਾਈਵਿੰਗ ਸਕੂਲ। ਮਾਰੂਤੀ ਡਰਾਈਵਿੰਗ ਸਕੂਲ ਅਸੀਂ ਚਲਾ ਰਹੇ ਜਿਹ 'ਚ ਬੱਚਿਆਂ ਨੂੰ ਡਰਾਈਵਿੰਗ ਸਿਖਾਈ ਜਾਂਦੀ ਹੈ, ਬਿਲਕੁਲ ਫੋਰਨ ਸਟਾਈਲ ਉਹ ਡਰਾਈਵਿੰਗ ਸਿਮੂਲੇਟਰ ਦੇ ਉੱਤੇ ਸਿਖਾਈ ਜਾਂਦੀ ਹੈ। ਉਹਦੇ ਵਿੱਚ ਹਾਈਐਸਟ ਐਡਮਿਸ਼ਨ ਇਨ ਪੰਜਾਬ, ਚੰਡੀਗੜ੍ਹ ਐਂਡ ਜੰਮੂ ਕਸ਼ਮੀਰ ਦਾ ਸਾਨੂੰ ਅਵਾਰਡ ਮਿਲਿਆ ਹੈਗਾ ਇਹ ਰੀਜਨ ਦੇ ਵਿੱਚ। ਇਸ ਸਾਲ ਅਸੀਂ ਚੈਲੇਂਜ ਕੀਤਾ ਕਿ ਅਸੀਂ ਆਪਣੇ ਹੀ ਰਿਕਾਰਡ ਨੂੰ ਬ੍ਰੇਕ ਕਰਦੇ ਹੋਏ 990 ਨੂੰ ਆਊਟ ਆਫ 1990 ਨੂੰ ਸਕੋਰ ਕਰੀਏ ਔਰ ਹਾਈਐਸਟ ਐਵਰ ਰਿਕਾਰਡ ਬਣਾ ਕੇ ਆਪਣੀ ਝੰਡੀ ਨੂੰ ਹੋਰ ਉੱਪਰ ਦੋ ਕਦਮ ਲੈ ਕੇ ਜਾਈਏ। ਸੋ ਥੈਂਕਿੰਗ ਦਾ ਕਸਟਮਰ, ਕਿਉਂਕਿ ਇਸ ਕਸਟਮਰ ਦੇ ਬੇਸ 'ਤੇ ਸਾਨੂੰ ਇੱਕ ਮਿਲਿਆ ਹੈਗਾ, ਅਵਾਰਡ ਮਿਲਿਆ। ਅਸੀਂ ਕਸਟਮਰਸ ਲਈ ਇੱਕ ਥੈਂਕਸ ਗਿਵਿੰਗ ਔਫਰ ਲਗਾਇਆ ਹੋਇਆ ਹੈ 31 ਮਈ ਤੱਕ। ਇੱਕ ਅਸੀਂ ਚੈੱਕਅਪ ਕੈਂਪ ਸ਼ੁਰੂ ਕੀਤਾ ਹੈ ਜਿਹਦੇ ਵਿੱਚ ਅਸੀਂ ਇੱਕ ਗੱਡੀ ਦਾ ਜਨਰਲ ਚੈੱਕਅਪ ਕਰਾਂਗੇ ਔਰ ਉਹਦੇ 'ਚ ਪੈਕੇਜ 'ਤੇ 20% ਡਿਸਕਾਊਂਟ ਅਸੀਂ ਕਸਟਮਰ ਲਈ ਰੱਖਿਆ। ਉਹਦੇ ਨਾਲ ਨਾਲ ਸੇਲ ਵਾਲੇ ਕਸਟਮਰ ਜਿਨ੍ਹਾਂ ਨੇ ਲਾਸਟ ਈਅਰ ਸਾਡੇ ਤੋਂ ਗੱਡੀ ਖਰੀਦੀ ਸੀ ਉਹਨਾਂ ਲਈ ਅਸੀਂ ਅਸੈਸਰੀ ਦੇ ਵਿੱਚ 10% ਡਿਸਕਾਊਂਟ ਰੱਖਿਆ ਹੈ। ਸੋ ਬੇਸਿਕਲੀ ਜੇ ਕੋਈ ਕਸਟਮਰ ਆ ਕੇ ਆਪਣੀ ਗੱਡੀ ਨੂੰ ਸੀਟ ਕਵਰ ਪਵਾਉਂਦਾ ਹੈ, ਅਲੋਏ ਵੀ ਪਵਾਉਂਦਾ, ਜਿਨ੍ਹਾਂ ਨੇ ਪਿਛਲੇ ਸਾਲ ਸਾਡੇ ਤੋਂ ਗੱਡੀ ਖਰੀਦੀ ਸੀ ਉਹਨਾਂ ਲਈ ਅਸੀਂ ਨੈਕਸਾ 'ਚ ਔਰ ਐਗਜ਼ਿਸਟਿੰਗ 'ਚ 10% ਦਾ ਡਿਸਕਾਊਂਟ ਅਸੀਂ ਰੱਖਿਆ ਹੈ।